ਸਵਾਗਤ ਹੈ ਤੁਹਾਡਾ ਚੈਨਲ ਨੂੰ ਪੰਜਾਬ ਟੀਵੀ ਤੇ। ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਤੋਂ। ਹੱਸਦੇ ਵੱਸਦੇ ਪਰਿਵਾਰ ਤੇ ਟੁੱਟਿਆ ਦੁੱਖਾਂ ਦਾ ਪਹਾੜ, ਨਿੱਕੀ ਜੀ ਬੱਚੀ ਚੁੰਮਦੀ ਰਹੀ ਮ੍ਰਿਤਕ ਪਿਓ ਦੀ ਫੋਟੋ। ਖਬਰ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਣਾ। ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦੇਣਾ। ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ। ਪੇਟ ਮਨੁੱਖ ਤੋਂ ਕੀ ਕੁਝ ਕਰਾਉਂਦਾ, ਰੋਟੀ ਖਾਤਰ ਇਨਸਾਨ ਸੱਤ ਸਮੁੰਦਰ ਪਾਰ ਤੱਕ ਚਲਾ ਜਾਂਦਾ। ਸਾਡੀ ਜ਼ਿੰਦਗੀ ਦੀਆਂ ਤਿੰਨ ਮੁੱਖ ਜ਼ਰੂਰਤਾਂ ਹਨ, ਜਿਨ੍ਹਾਂ ਦੀ ਪੂਰਤੀ ਲਈ ਦਿਨ ਰਾਤ ਮਿਹਨਤ ਅਸੀਂ ਕਰਦੇ ਹਾਂ। ਅਤੇ ਸਾਡੀ ਸਭ ਦੀ ਇੱਕ ਹੀ ਇੱਛਾ ਹੈ ਕਿ ਆਉਣ ਵਾਲਾ ਸਮਾਂ ਸੌਖਾ ਰਹੇ, ਅਤੇ ਇਸ ਲਈ ਅਸੀਂ ਹਰ ਕੋਸ਼ਿਸ਼ ਕਰਦੇ ਹਾਂ। ਅਤੇ ਪਰ ਹੁੰਦਾ ਉਹੀ ਹੈ ਜੋ ਮਾਲਕ ਨੂੰ ਮਨਜ਼ੂਰ ਹੈ, ਅਤੇ ਅਸੀਂ ਆਪਣੇ 'ਤੇ ਮਾਣ ਕਰਦੇ ਹਾਂ। ਪਰ ਇਹ ਨਹੀਂ ਜਾਣਦੇ ਕਿ ਅਖੀਰਲੇ ਸਮੇਂ ਸਾਡਾ ਕੋਈ ਆਪਣਾ ਸਾਡੇ ਨਾਲ ਹੋਵੇਗਾ ਜਾਂ ਨਹੀਂ। ਅਤੇ ਫਰੀਦਕੋਟ ਤੋਂ ਕੈਨੇਡਾ ਗਏ ਨੌਜਵਾਨ ਜਸਵਿੰਦਰ ਸਿੰਘ ਦੀ ਉੱਥੇ ਜੀਵਨ ਯਾਤਰਾ ਪੂਰੀ ਹੋ ਗਈ ਹੈ, ਅਤੇ ਉਸਦੇ ਮਾਤਾ ਪਿਤਾ ਨੂੰ ਇੰਨਾ ਹੀ ਦੱਸਿਆ ਗਿਆ ਕਿ ਉਹਨਾਂ ਦੇ ਪੁੱਤਰ ਨੂੰ ਬਾਥਰੂਮ ਅੰਦਰ ਦਿਲ ਦਾ ਦੌਰਾ ਪੈ ਗਿਆ, ਅਤੇ ਜੋ ਉਸਦੀ ਜਾਨ ਜਾਣ ਦਾ ਕਾਰਨ ਬਣਿਆ। ਅਤੇ ਪਰਿਵਾਰ ਦੀ ਔਰਤ ਦਾ ਕਹਿਣਾ ਹੈ ਕਿ ਉਹਨਾਂ ਨੇ ਨਾ ਤਾਂ ਸੋਚਿਆ ਸੀ ਕਿ ਉਹਨਾਂ ਨਾਲ ਇਸ ਤਰ੍ਹਾਂ ਦੀ ਘਟਨਾ ਵਾਪਰ ਗਈ ਹੈ, ਪਰ ਉਹ ਰੱਬ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਗੇ। ਅਤੇ ਲੋਕਡਾਊਨ ਲੱਗਾ ਹੋਣ ਕਰਕੇ ਉਡਾਨਾਂ ਬੰਦ ਹਨ, ਅਤੇ ਇਸ ਲਈ ਉਹਨਾਂ ਨੇ ਇੱਕ ਇੱਛਾ ਪ੍ਰਗਟ ਕੀਤੀ ਹੈ ਕਿ ਜਸਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਉਹਨਾਂ ਨੂੰ ਲਾਈਵ ਦਿਖਾਇਆ ਜਾਵੇ, ਅਤੇ ਉਸ ਦੀਆਂ ਅਸਥੀਆਂ ਪਰਿਵਾਰ ਨੂੰ ਕੋਰੀਅਰ ਕਰ ਦਿੱਤੀਆਂ ਜਾਣ। ਅਤੇ ਮ੍ਰਿਤਕ ਪਿਤਾ ਬੇਅੰਤ ਸਿੰਘ ਦੇ ਦੱਸਣ ਮੁਤਾਬਿਕ ਉਹਨਾਂ ਦਾ ਪੁੱਤਰ ਕੈਨੇਡਾ ਗਿਆ ਹੋਇਆ ਸੀ, ਅਤੇ ਉਹਨਾਂ ਨੂੰ ਫੋਨ 'ਤੇ ਦੱਸਿਆ ਗਿਆ ਕਿ ਜਸਵਿੰਦਰ ਸਿੰਘ ਨੂੰ ਬਾਥਰੂਮ ਵਿੱਚ ਦਿਲ ਦਾ ਦੌਰਾ ਪੈ ਗਿਆ। ਅਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਹੀ ਧੰਨਵਾਦ।